ਸੱਚਕਾਲ ਸਾਰੇ ਦੋਸਤਾਂ ਦਾ ਵੀਰਾਂ ਦਾ। ਆਸਟ੍ਰੇਲੀਆ ਕਹਿੰਦੇ ਸੀ ਬੰਦ, ਆਸਟ੍ਰੇਲੀਆ ਬੰਦ ਜਾਂ ਖੁੱਲ੍ਹਾ, ਅੱਜ ਡਿਸਕਸ਼ਨ ਕਰਾਂਗੇ ਉਹ ਦੋ ਲੈਜੈਂਡਸ ਦੇ ਨਾਲ ਜਿਹੜੇ ਮੇਰੇ ਉਸਤਾਦ ਵੀ ਨੇ, ਜਿਨ੍ਹਾਂ ਨੇ ਸਾਨੂੰ ਕਾਫੀ ਸਿਖਾਇਆ। ਮੁੱਦੇ ਦੀ ਗੱਲ ਦੇ ਉੱਤੇ ਆਵਾਂਗੇ, ਕਿਸੇ ਤਰ੍ਹਾਂ ਦਾ ਵੀ ਅਸੀਂ ਪ੍ਰਮੋਸ਼ਨ ਨਹੀਂ ਕਰਦੇ ਪਏ ਕਿ ਤੁਸੀਂ ਵੀਜ਼ਾ ਮੇਰੇ ਕੋਲ ਲਵਾਉਣਾ, ਕਿਹਦੇ ਕੋਲ ਲਵਾਉਣਾ, ਕਿਹਦੇ ਕੋਲ ਨਹੀਂ ਲਵਾਉਣਾ। ਐਜੂਕੇਸ਼ਨ ਦਾ ਕੰਮ ਹੈ ਸਾਡਾ ਕਿ ਅੱਜ ਅਸੀਂ ਐਜੂਕੇਟ ਕਰਾਂਗੇ। ਪਹਿਲਾਂ ਵੈਲਕਮ ਕਰਦਾ ਧਵਨ ਸਾਹਿਬ ਦਾ। ਧਵਨ ਸਾਹਿਬ ਬਹੁਤ ਬਹੁਤ ਵਧਾਈਆਂ ਤੁਹਾਨੂੰ, ਤੁਸੀਂ ਅੱਜ ਟਾਈਮ ਕੱਢਿਆ ਇੰਨਾ। ਤੋ ਧਵਨ ਸਾਹਿਬ ਕੇ ਬਾਰੇ ਮੈਂ ਬਾਤ ਕਰਾਂਗੇ। ਤੋ ਧਵਨ ਸਾਹਿਬ, ਆਪਾਂ ਲੋਕਾਂ ਨੂੰ ਮਾੜਾ ਜਿਹਾ ਦੱਸੀਏ ਕਿ ਅੱਜ ਆਸਟ੍ਰੇਲੀਆ ਖੁੱਲ੍ਹਾ ਕੇ ਬੰਦ ਹੈ ਜੀ? 50% ਖੁੱਲ੍ਹਾ, 50% ਬੰਦ ਹੈ ਜੀ। ਤੇ ਇਸ ਵਕਤ ਆਸਟ੍ਰੇਲੀਆ ਅੰਦਰ ਸਿਰਫ ਜਿਨ੍ਹਾਂ ਦੀ ਪ੍ਰੋਫਾਈਲ 70% ਦੇ ਉੱਤੇ ਹੈਗੀ, ਉਹਨਾਂ ਦਾ ਹੀ ਵੀਜ਼ਾ ਆ ਰਿਹਾ। ਸੋ ਬਾਕੀ ਸਾਰਿਆਂ ਨੂੰ ਰਿਜੈਕਸ਼ਨ ਦੇ ਕਾਰਨ ਬਣਦੇ ਪਏ। ਜਿੱਦਾਂ ਅਸੀਂ ਧਵਨ ਸਾਹਿਬ ਦੇ ਨਾਲ ਗੱਲ ਕਰਦੇ ਪਏ ਹਾਂ, ਧਵਨ ਸਾਹਿਬ ਇੱਕ ਇਹੋ ਜਿਹਾ ਨਾਮ ਹੈ ਜਿਨ੍ਹਾਂ ਨੂੰ ਪਛਾਣ ਦੀ ਲੋੜ ਨਹੀਂ ਹੈਗੀ। ਧਵਨ ਕੰਸਲਟੈਂਸੀ ਅੰਮ੍ਰਿਤਸਰ ਦੇ ਵਿੱਚ ਅਸੀਂ ਬੈਠੇ ਹਾਂ ਅਤੇ ਚਿਤਰੇਸ਼ ਧਵਨ ਜੀ ਜੋ ਕਿ ਇਹ ਸਾਰਾ ਕਾਰੋਬਾਰ ਚਲਾਉਂਦੇ ਨੇ, ਇਹ ਉਸਤਾਦ ਨੇ ਅੱਜ ਇੰਡਸਟਰੀ ਦੇ ਜਿਨ੍ਹਾਂ ਨੇ ਹਜ਼ਾਰਾਂ ਹੀ ਪਰਿਵਾਰਾਂ ਨੂੰ ਅੱਜ ਆਸਟ੍ਰੇਲੀਆ ਦੇ ਵਿੱਚ ਸੈੱਟ ਕੀਤਾ। ਬਹੁਤ ਧੰਨਵਾਦ ਧਵਨ ਸਾਹਿਬ ਦਾ ਵੀ, ਅੱਜ ਅਸੀਂ ਖੁੱਲ੍ਹ ਕੇ ਡਿਸਕਸ਼ਨ ਕਰਾਂਗੇ। ਧਵਨ ਸਾਹਿਬ ਨੇ ਜੋ ਕਿਹਾ ਕਿ 50% ਖੁੱਲ੍ਹਾ ਅਤੇ 50% ਬੰਦ ਹੈ, ਅਤੇ ਮੇਰੇ ਨਾਲ ਮੇਰੇ ਦੋਸਤ ਨੇ ਜੀ ਹਰਪ੍ਰੀਤ ਸਿੰਘ ਜੀ, ਜਿਨ੍ਹਾਂ ਨੂੰ ਮੈਂ ਆਪਣਾ ਉਸਤਾਦ ਵੀ ਮੰਨਦਾ, ਇਹਨਾਂ ਨੇ ਮੈਨੂੰ ਜ਼ਿੰਦਗੀ 'ਚ ਬਹੁਤ ਕੁਛ ਸਿਖਾਇਆ, ਅੱਜ ਉਹਨਾਂ ਨਾਲ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਅਤੇ ਕੀ ਕਹਿੰਦੇ ਹਾਂ ਜੀ ਆਪਾਂ, ਆਸਟ੍ਰੇਲੀਆ ਬੰਦ ਹੈ ਕਿ ਖੁੱਲ੍ਹਾ ਹੈ ਜੀ? ਆਸਟ੍ਰੇਲੀਆ ਜਿਹੜਾ ਆ ਕਦੀ ਵੀ ਬੰਦ ਨਹੀਂ ਹੋਇਆ। ਜਿਹੜੇ ਬੱਚਿਆਂ ਦਾ ਚੰਗਾ ਪ੍ਰੋਫਾਈਲ ਹੈਗਾ, ਜਿਨ੍ਹਾਂ ਦੇ ਅਕੈਡਮਿਕ ਸਕੋਰ ਬਹੁਤ ਵਧੀਆ ਨੇ, ਜਿਨ੍ਹਾਂ ਦੇ ਆਈਲੈਟਸ ਬੈਂਕ ਵਧੀਆ ਨੇ, ਜਾਂ ਜਿਨ੍ਹਾਂ ਦੇ ਮਤਲਬ ਫਾਈਨੈਂਸ਼ੀਅਲ ਉਹਨਾਂ ਕੋਲ ਹੈਗਾ ਆ ਪੈਸਾ, ਉਹ ਉਹਨਾਂ ਲਈ ਅੱਜ ਵੀ ਵੀਜ਼ਾ ਮਿਲਦਾ। ਜਿੱਦਾਂ ਕਿ ਹਰਪ੍ਰੀਤ ਸਿੰਘ ਜੀ ਦਾ ਜੇ ਆਪਾਂ ਛੋਟੀ ਜਿਹੀ ਇੰਟਰੋਡਕਸ਼ਨ ਦੇਵਾਂਗੇ, ਸਿੰਘ ਫਾਊਂਡੇਸ਼ਨ ਦੇ ਨਾਂ ਦੇ ਉੱਤੇ ਅੰਮ੍ਰਿਤਸਰ ਦੇ ਵਿੱਚ ਕੰਮ ਕਰਦੇ ਨੇ। ਇਹ ਉਹ ਸ਼ਖਸ ਹੈ ਜਿਹੜਾ ਪੜ੍ਹਿਆ ਲਿਖਿਆ ਇਨਸਾਨ ਹੈ, ਜਿਹੜਾ ਇੱਕ ਯੂਨੀਵਰਸਿਟੀ ਦੇ ਵਿੱਚ ਲੈਕਚਰਾਰ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਛੱਡ ਕੇ ਬੱਚਿਆਂ ਨੂੰ ਸਹੀ ਤਰੀਕੇ ਨਾਲ ਬਾਹਰ ਭੇਜਣ ਦਾ ਕੰਮ ਕਰਦੇ। ਮੈਂ ਆਪਦੀ ਇੰਟਰੋਡਕਸ਼ਨ ਅਕਸਰ ਦੇ ਦਿੰਦਾ ਹੁੰਦਾ ਕਿ ਨਾ ਤਾਂ ਮੈਂ ਜ਼ਿਆਦਾ ਪੜ੍ਹਿਆ ਲਿਖਿਆ, ਮੈਨੂੰ ਵਕਤ ਨੇ ਏਜੰਟ ਬਣਾਤਾ, ਭੁੱਖ ਲੱਗੀ ਸੀਗੀ, ਕਾਰੋਬਾਰ ਹੋਰ ਕੋਈ ਲੱਭਿਆ ਨਹੀਂ, ਜਿਹੜਾ ਲੱਭ ਗਿਆ ਅੱਜ ਔਖੇ ਸੌਖੇ ਬੱਚਿਆਂ ਨੂੰ ਬਾਹਰ ਭੇਜਦੇ ਪਏ ਹਾਂ। ਬਟ ਮੇਰੇ ਨਾਲ ਦੋ ਲੈਜੈਂਟ ਨੇ ਜਿਹੜੇ ਇੰਡਸਟਰੀ ਨੂੰ ਸਮਝਦੇ ਨੇ। ਹਰਪ੍ਰੀਤ ਜੀ ਦਾ ਆਪਦਾ ਇੱਕ ਤਜਰਬਾ ਵਾ ਜਿਹਦੇ ਸਦਕਾ ਇਹ ਬੱਚਿਆਂ ਨੂੰ ਸਹੀ ਗਾਈਡ ਕਰਦੇ ਆ, ਅਤੇ ਧਵਨ ਸਾਹਿਬ ਕੋਲ ਚੱਲਦੇ ਹਾਂ। ਧਵਨ ਸਾਹਿਬ, ਅੱਜ ਪ੍ਰੋਬਲਮ ਕੀ ਆ? 50% ਤੁਸੀਂ ਕਿਹਾ ਲੱਗਦਾ ਤਾਂ 50% ਨਹੀਂ ਲੱਗਦਾ। ਸਾਡੇ ਨਾਲ ਬਹੁਤ ਸਾਰੇ ਲੋਕ ਜੁੜੇ ਨੇ, ਅਸੀਂ ਲੋਕਾਂ ਨੂੰ ਐਜੂਕੇਟ ਕਰਨਾ ਕਿ ਕਿਹਦਾ ਵੀਜ਼ਾ ਲੱਗਦਾ ਅਤੇ ਕਿਹਦਾ ਨਹੀਂ ਲੱਗਦਾ। ਉਹੀ ਜੋ ਹਰਪ੍ਰੀਤ ਉਹਨਾਂ ਨੇ ਕਿਹਾ, ਬਿਲਕੁਲ ਸਹੀ ਕਿਹਾ ਜੀ, ਵੀ ਅਗਰ ਫਾਈਨੈਂਸ ਠੀਕ ਹੈਗਾ, ਫੰਡਿੰਗ ਠੀਕ ਹੈਗੀ ਆ, ਪਰਸੈਂਟੇਜ ਬੱਚੇ ਦੀ ਠੀਕ ਹੈ, ਪ੍ਰੋਫਾਈਲ ਸਹੀ ਆ, ਤਾਂ ਉਹਨਾਂ ਦਾ ਹੀ ਵੀਜ਼ਾ ਲੱਗਦਾ। ਪਰ ਜਿਨ੍ਹਾਂ ਦੀ ਪ੍ਰੋਫਾਈਲ ਹੋਈ ਪਰਸੈਂਟੇਜ ਲੋਅ ਹੈਗੀ ਆ, ਤਾਂ ਉਹਨਾਂ ਦਾ ਅਸੀਂ ਅਗਰ ਵੀਜ਼ਾ ਲਗਾਉਣ ਦੀ ਕੋਸ਼ਿਸ਼ ਕਰੀਏ ਤਾਂ ਨਾਕਾਮੀ ਵਾਲਾ ਕਾਰਨ ਹੈਗਾ। ਮੈਂ ਜੋ ਆਪਣੀ ਗੱਲ ਕਰਾਉਣਾ ਜੀ, ਮੈਨੂੰ ਲੋਕ ਕਹਿੰਦੇ ਜੀ ਅਸੀਂ ਵੀਜ਼ਾ ਵੇਚਦੇ ਹਾਂ, ਅਤੇ ਬੇਸਿਕਲੀ ਜਦੋਂ ਤੱਕ ਵੀਜ਼ਾ ਹੀ ਨਹੀਂ ਲੱਗਣਾ ਤਾਂ ਖੁਸ਼ੀ ਤਾਂ ਮਿਲਣੀ ਹੀ ਹੋਈ ਨਾ ਜੀ। ਅਤੇ ਤੁਸੀਂ ਅੱਜ ਤੱਕ ਹਜ਼ਾਰਾਂ ਹੀ ਪਰਿਵਾਰਾਂ ਦੇ ਵੀਜ਼ੇ ਲਵਾਏ, ਪੜ੍ਹਾਈ 'ਤੇ ਜਾਂਦੇ ਆ, ਸਾਨੂੰ ਸਾਰਿਆਂ ਨੂੰ ਪਤਾ ਹਰ ਬੰਦਾ ਆਪਣਾ ਡੰਗ ਠਪਾਉਣ ਜਾਂਦਾ ਵਾ। ਅੱਜ ਵੀਜ਼ੇ ਵਾਸਤੇ ਕੀ ਚਾਹੀਦਾ? ਮੈਂ ਲੋਕਾਂ ਨੂੰ 100% ਵੀਜ਼ੇ ਦਾ ਰਸਤਾ ਦੱਸਣਾ ਚਾਹੁੰਦਾ, ਔਰ ਮੈਂ ਨਹੀਂ ਕਹਿੰਦਾ ਤੁਸੀਂ ਮੇਰੇ ਕੋਲ ਆਓ, ਧਵਨ ਸਾਹਿਬ ਦੇ ਕੋਲ ਆਓ, ਹਰਪ੍ਰੀਤ ਜੀ ਕੋਲ ਜਾਓ, ਹੋਰ ਬਹੁਤ ਸਾਰੇ ਸੱਜਣ ਮਿੱਤਰ ਵੀਰ ਸਾਡੇ ਭਰਾ ਇਹ ਕੰਮ ਕਰਦੇ ਆ, ਉਹਨਾਂ ਲੋਕਾਂ ਕੋਲ ਜਾਓ ਜਿਨ੍ਹਾਂ ਕੋਲ ਤਜਰਬਾ ਹੈ। ਅਤੇ ਧਵਨ ਸਾਹਿਬ, ਕਿੰਨੇ ਕੁ ਬੱਚੇ ਅੱਜ ਤੱਕ ਬਾਹਰ ਭੇਜ ਚੁੱਕੇ ਹੈ? ਮੈਂ ਅਪਰੋਕਸੀਮੇਟਲੀ 24,000 ਬੱਚਾ ਭੇਜ ਚੁੱਕਾ। 24,000 ਬੱਚਾ, ਓਏ ਹੋਏ 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 ਹੋਏ। ਦੇਖੋ ਅੱਜ 24,000 ਬੱਚਾ, ਮੇਰਾ ਖਿਆਲ ਹੈ ਮੇਰੇ ਸਿਰ 'ਚ ਵਾਲ ਨਹੀਂ ਹੋਣਗੇ 24,000 ਅਤੇ ਬਹੁਤ ਬਹੁਤ ਅਸੀਂ ਸ਼ੁਕਰਗੁਜ਼ਾਰ ਕਰਦੇ ਹਾਂ ਧਵਨ ਸਾਹਿਬ ਦਾ। ਅੱਜ ਦੀ ਡੇਟ ਦੇ ਵਿੱਚ ਇਹੋ ਸ਼ਖਸ ਨੇ ਜਿਨ੍ਹਾਂ ਤੋਂ ਉੱਤੇ ਕੋਈ ਨਹੀਂ ਜੇ ਹੈਗਾ, ਸਮਝਣਾ ਪੈਣਾ। 24,000 ਬੰਦਾ ਜਿਹੜਾ ਬਾਹਰ ਜਾ ਚੁੱਕਾ ਵੈ, ਉਹਦੇ ਬਾਵਜੂਦ ਵੀ ਅੱਜ ਧਵਨ ਸਾਹਿਬ ਜਿੰਨੇ ਸਿੰਪਲ ਸਿਟੀ ਨਾਲ ਰਹਿੰਦੇ ਨੇ, ਅੱਜ ਵੀ ਵਪਾਰ ਆਪ ਕਰਦੇ ਨੇ, ਅੱਜ ਵੀ ਇੱਕ ਛੋਟੇ ਜਿਹੇ ਇੱਕ ਦਫ਼ਤਰ ਦੇ ਵਿੱਚ ਬਹਿ ਕੇ ਖੁਸ਼ ਨੇ। ਅਤੇ ਮੈਨੂੰ ਨਹੀਂ ਲੱਗਦਾ ਕਿ ਅੱਜ ਪੂਰੇ ਹਿੰਦੁਸਤਾਨ ਦੇ ਵਿੱਚ ਸਾਨੂੰ ਇਹੋ ਜਿਹਾ ਕੰਸਲਟੈਂਟ ਲੱਭ ਸਕਦਾ। ਸਾਡੇ ਲਈ ਉਸਤਾਦ ਨੇ, ਅਸੀਂ ਉਸਤਾਦ ਕੋਲੋਂ ਬਹੁਤ ਕੁਛ ਸਿੱਖਦੇ ਹਾਂ। ਅਤੇ ਹੁਣ ਤੁਸੀਂ ਦੇਖਣਾ ਕਿ 100% ਵੀਜ਼ਾ ਕਿੱਦਾਂ ਲਵਾਉਣਾ ਹੈ। 100% ਵੀਜ਼ਾ ਕੌਣ ਲਵਾ ਕੇ ਦਿੰਦਾ ਵਾ? ਜਿਸ ਬੰਦੇ ਦੇ ਕੋਲ ਤਜਰਬਾ ਜੇ। ਅਤੇ 24,500 ਨਿਆਣਾ ਆਪਾਂ ਇੰਨੇ ਬੰਦੇ ਇਕੱਠੇ ਦੇਖੇ ਜੀ। ਐਕਚੁਲੀ
ਬੱਚੇ ਭੇਜੇ ਬਹੁਤ ਹੈ, ਕੁਝ ਹੋਸਪਿਟੈਲਿਟੀ ਕੇਸਿਸ ਆਪਣਾ ਭੇਜੇ ਆ, ਆਟੋਮੋਟਿਵ ਦੇ ਵਿੱਚ ਭੇਜੇ ਆ, ਔਰ ਜ਼ਿਆਦਾਤਰ 90% ਬੱਚੇ ਸਾਡੇ ਉੱਥੇ ਕਾਮਯਾਬ ਹੋ ਕੇ ਆ, ਸਿਟੀਜ਼ਨ ਆ, ਪਰਮਨੈਂਟ ਰੈਜ਼ੀਡੈਂਟ ਬੈਠੇ ਆ। ਧਵਨ ਸਾਹਿਬ ਏਦਾਂ ਵੀ ਫੀਲ ਹੁੰਦਾ ਕਿ ਯਾਰ ਅਸੀਂ ਇੰਨੀ ਦੁਨੀਆ ਬਾਹਰ ਭੇਜਤੀ ਤੇ ਸਾਨੂੰ ਅੱਜ ਤੱਕ ਕੁਛ ਵੀ ਨਹੀਂ ਮਿਲਿਆ, ਸਾਡੇ ਨਾਲ ਤਾਂ ਅੱਜ ਵੀ ਧੱਕੇ ਹੁੰਦੇ ਪਏ, ਏਜੰਟ ਨੂੰ ਤਾਂ ਅੱਜ ਵੀ ਬਦਨਾਮ ਮੰਨਿਆ ਜਾਂਦਾ, ਕੋਈ ਉਂਗਲ ਉੱਠਦੀ ਹੈ ਏਜੰਟ ਨੇ ਮਾੜਾ ਕੀਤਾ। ਜਦੋਂ ਕੋਈ ਮਾੜਾ ਕੰਮ ਹੋਏਗਾ ਤੇ ਨਾਮ ਤੇ ਏਜੰਟ ਦਾ ਹੀ ਖਰਾਬ ਹੋਏਗਾ। ਧਵਨ ਸਾਹਿਬ ਨੇ 24,500 ਬੰਦਾ ਬਾਹਰ ਭੇਜਤਾ, ਧਵਨ ਸਾਹਿਬ ਦੇ ਕੱਲ 4,000 ਰਿਵਿਊਜ਼ ਹੋ ਜਾਣ, ਨਾਲ ਦੀ ਨਾਲ ਫੇਸਬੁੱਕ ਦੇ ਉੱਤੇ ਲੋਕ ਜੱਜ ਬਣ ਜਾਂਦੇ ਆ ਕਿ ਨਹੀਂ ਜੀ ਸਾਡਾ ਤਾਂ ਰਿਵਿਊਜ਼ ਕਰਾਤਾ। ਬਿਲਕੁਲ ਠੀਕ ਗੱਲ ਹੈ ਤੁਹਾਡੀ, ਤੇ ਇਹਦਾ ਮਤਲਬ ਸਾਨੂੰ ਕੋਈ ਰਿਸਪੈਕਟ ਨਹੀਂ ਸਾਡੇ ਪ੍ਰੋਫੈਸ਼ਨ। ਉਹਦੇ ਵਿੱਚ ਇਹ ਹੈਗਾ ਕਿ ਬਈ ਵੀਜ਼ਾ ਦੇਣ ਵਾਲੇ ਅਸੀਂ ਨਹੀਂ ਆ, ਅਸੀਂ ਫਾਈਲਾਂ ਤਿਆਰ ਕਰਨੀਆਂ, ਫਾਈਲਾਂ ਤਿਆਰ ਕਰਕੇ ਅੰਬੈਸੀ ਨੂੰ ਪੇਸ਼ ਕਰਨੀਆਂ, ਅੰਬੈਸੀ ਦਾ ਅੱਗੇ ਕੰਮ ਹੈਗਾ ਉਹਨੂੰ ਦੇਣ ਲਈ। ਅੱਜ ਅੰਬੈਸੀ ਦੇ ਅੰਦਰ ਜਿਹੜੇ ਬੱਚੇ 22-23 ਸਾਲ ਦੇ ਵੀਜ਼ਾ ਅਫਸਰ ਬੈਠੇ ਆ, ਲਾਅ ਦਾ ਉਹਨਾਂ ਨੂੰ ਕੀ ਪਤਾ, ਜੀ ਟੀ ਲਾਉਂਦੇ ਆ, ਮਿਨਿਸਟਰ ਡਾਇਰੈਕਸ਼ਨ 69 ਲਾਉਂਦੇ ਆ, ਉਹਨਾਂ ਨੂੰ ਮਿਨਿਸਟਰ ਡਾਇਰੈਕਸ਼ਨ 69 ਦਾ ਨਹੀਂ ਪਤਾ, ਇੱਕ ਕਲੋਜ਼ ਪਤਾ ਕਿ ਇਹਦੇ ਵਿੱਚ ਅਸੀਂ ਰਿਫਿਊਜ਼ ਕਰਨਾ, ਅਤੇ ਜੇ ਉਹਦੀ ਵੇਵਲੈਂਥ ਸਾਡੀ ਫਾਈਲਾਂ ਨਹੀਂ ਮਿਲਦੀ, ਉਹਨੇ ਨਹੀਂ ਦੇਣਾ ਤਾਂ ਨਹੀਂ ਦੇਣਾ, ਬਦਨਾਮੀ ਤਾਂ ਸਾਨੂੰ ਮਿਲਣੀ ਹੈ, ਡੈਫੀਨੇਟਲੀ ਬਦਨਾਮੀ ਮਿਲਣੀ ਕਿ ਵੀ ਇੰਨੇ ਪੁਰਾਣੇ ਕੰਸਲਟੈਂਟ 24-25 ਸਾਲ ਦੇ ਐਕਸਪੀਰੀਅੰਸ ਵਾਲੇ ਬੰਦੇ ਦਾ ਵੀਜ਼ਾ ਨਹੀਂ ਲੱਗਾ। ਸੋ ਇਹ ਨਹੀਂ ਦੇਖਣਾ ਕਿ ਜਿਹੜਾ ਵੇਵਲੈਂਥ ਉੱਥੇ ਵੀਜ਼ਾ ਅਫਸਰ ਕਰਦਾ ਪਿਆ ਹੈਗਾ ਉਹ ਗਲਤ ਕਰ ਰਿਹਾ ਪ੍ਰੋਸੈਸ, ਫਾਈਲ ਨੂੰ ਪੜ੍ਹਦੇ ਨਹੀਂ ਪਏ। ਮੇਰੇ ਕੋਲ ਐਗਜ਼ੈਂਪਲ ਹੈਗਾ, ਮੈਂ 10 ਕੇਸ ਲਾਏ ਸੀ ਡਿਪਲੋਮੇ ਦੇ, 4 ਬੱਚਿਆਂ ਦੇ ਵੀਜ਼ੇ ਆ ਗਏ, 6 ਨੂੰ ਉਹਨਾਂ ਨੇ ਰਿਜੈਕਟ ਕਰ ਦਿੱਤਾ। ਪਿਛਲੇ ਸਾਲ ਦੀ ਗੱਲ ਹੈ, ਹਾਈ ਕਮਿਸ਼ਨ ਦੀ ਕੋਈ ਮੀਟਿੰਗ ਸੀ, ਉੱਥੇ ਗੱਲਬਾਤ ਹੋਈ, ਮੇਰੇ ਕੋਲ ਗਲਤੀ ਇਹ ਹੋਈ ਕਿ 10 ਅਪਲੋਡ ਕਰਨ ਅੰਦਰ 1 ਦੀ SOP ਮੇਰੇ ਸਟਾਫ ਕੋਲੋਂ ਰਹਿ ਗਈ ਅਪਲੋਡ ਹੋਣੀ। ਅਸੀਂ ਬਾਅਦ ਵਿੱਚ ਡਿਟੈਕਟ ਕੀਤੀ ਕਿ ਬੰਦੇ ਦਾ ਕੇਸ ਨਾ ਰਿਫਿਊਜ਼ ਹੋ ਜਾਏ, ਕੇਸ ਅਫਸਰ ਪੜ੍ਹੇਗਾ, ਅਸੀਂ ਸ਼ਾਮ ਨੂੰ ਉਹਨੇ ਦੁਬਾਰਾ SOP ਬਣਾ ਬਣੂ ਕੇ ਅਪਲੋਡ ਕੀਤੀ ਕਰਨ ਲੱਗੇ, ਤੇ ਅੱਗੇ ਦੇਖਿਆ ਤਾਂ ਉਹਦਾ ਵੀਜ਼ਾ ਗ੍ਰਾਂਟ ਹੋਇਆ। ਹੁਣ ਵੀਜ਼ਾ ਗ੍ਰਾਂਟ ਹੋਇਆ, ਇਹ ਗੱਲ ਅਸੀਂ ਕੁਐਸਚਨ ਕੀਤੀ ਹੈ ਕਿ ਬਈ ਅੰਬੈਸੀ ਨੂੰ ਕਿ ਸਾਨੂੰ ਇਹ ਦੱਸੋ ਕਿ SOP ਨਹੀਂ ਲੱਗੀ ਤੇ ਤੁਸੀਂ ਵੀਜ਼ਾ ਕਿਵੇਂ ਮਿਲੇਗਾ ਕਿ ਨਹੀਂ ਮਿਲੇਗਾ, ਤੇ ਬੜੀ ਹਾਈ ਅਫੀਸ਼ੀਅਲ ਅੰਬੈਸੀ ਦੀ ਸੀ, ਉਹਨੇ ਕਿਹਾ ਕਿ ਨੋ, ਵੀਜ਼ਾ ਤੁਹਾਡਾ ਰਿਜੈਕਟ ਹੋ ਜਾਏਗਾ। ਮੈਂ ਉਹਨੂੰ ਫਾਈਲ ਨੰਬਰ ਦੇ ਦਿੱਤਾ, ਮੈਂ ਕਿਹਾ ਚੈੱਕ ਕਰ ਲਓ, ਹਜੇ ਵੀ ਮੈਂ ਅਪਲੋਡ ਨਹੀਂ ਕੀਤਾ। ਇਹਦਾ ਮਤਲਬ ਹਵਾ 'ਚ ਸਾਰਾ ਕੁਛ ਹੋਈ ਜਾਂਦਾ, ਇਹਦਾ ਮਤਲਬ ਹੀ ਇਹ ਹੈਗਾ ਕਿ ਹਵਾ ਅੰਦਰ ਹੋ ਰਿਹਾ, ਜੋ ਉਹਨਾਂ ਨੇ ਜਿੰਨੇ ਮਾਤਰਾ ਅੰਦਰ ਵੀਜ਼ੇ ਦੇਣੇ ਆ ਉਹ ਹੀ ਦੇਣੇ ਆ, ਬਾਕੀ ਨਜਾਇਜ਼ ਵੀ ਹੋ ਰਿਹਾ। ਚਲੋ ਆਪਾਂ ਹਰਪ੍ਰੀਤ ਜੀ ਕੋਲ ਚੱਲਦੇ ਹਾਂ। ਹਰਪ੍ਰੀਤ ਜੀ, ਇੱਕ ਚੀਜ਼ ਦੱਸੋ ਕਿ ਅੱਜ ਏਜੰਟ ਨੂੰ ਦੁਤਕਾਰਿਆ ਜਾਂਦਾ, ਕੋਈ ਰਿਸਪੈਕਟ ਨਹੀਂ ਹੈਗੀ ਸਾਡੇ ਲੋਕਾਂ ਦੀ, ਅਤੇ ਹਜ਼ਾਰਾਂ ਹੀ ਬੱਚਾ ਤੁਸੀਂ ਬਾਹਰ ਭੇਜ ਚੁੱਕੇ, ਅੱਜ ਮੈਨੇਜਮੈਂਟ ਦੀ ਡਿਗਰੀ ਕਰਕੇ ਤੁਸੀਂ ਵਧੀਆ ਬੱਚਿਆਂ ਨੂੰ ਕੋਰਸ ਲੱਭ ਕੇ ਦਿੰਦੇ ਜੇ, ਅਤੇ ਅਲਟੀਮੇਟਲੀ ਸਾਡੇ ਲੋਕਾਂ ਦਾ ਕੋਈ ਫਿਊਚਰ ਨਹੀਂ। 24 ਸਾਲ ਬੰਦੇ ਨੇ ਇੰਡਸਟਰੀ ਨੂੰ ਦੇਖਦੇ, ਅੱਜ 24,500 ਬੱਚਾ ਧਵਨ ਸਾਹਿਬ ਨੇ ਬਾਹਰ ਭੇਜਤਾ, ਤੁਸੀਂ ਵੀ 5-7-10 ਹਜ਼ਾਰ ਬੱਚਾ ਭੇਜਤਾ ਪਿਛਲੇ 10 ਸਾਲਾਂ, ਅਤੇ ਅੱਜ ਦੀ ਡੇਟ ਦੇ ਵਿੱਚ ਇੱਕ 22-24 ਸਾਲ ਦਾ ਵੀਜ਼ਾ ਅਫਸਰ ਐ ਜੀ ਟੀ ਕਰਕੇ ਥਾਂ ਥਾਂ ਵੀਜ਼ੇ ਰਿਫਿਊਜ਼ ਕਰੀ ਜਾ ਰਹੇ, ਇਹਨਾਂ ਨੂੰ ਕੋਈ ਪੁੱਛਗਿੱਛ ਨਹੀਂ ਹੈਗੀ, ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਦੇਖੋ, ਜਿਹੜਾ ਅੰਬੈਸੀ ਵੀਜ਼ਾ ਦੀ ਹਰੀ ਆ, ਤੁਸੀਂ ਦੋ ਪ੍ਰੋਫਾਈਲ ਇੱਕੋ ਜਿਹੇ ਲਾਉਂਦੇ ਜੇ, ਸੇਮ ਉਹਨਾਂ ਦੀ ਪਰਸੈਂਟੇਜ ਆ, ਸੇਮ ਉਹਨਾਂ ਦਾ ਆਈਲੈਟਸ ਸਕੋਰ ਆ, ਇੱਕ ਬੱਚੇ ਨੂੰ ਵੀਜ਼ਾ ਗ੍ਰਾਂਟ ਹੋ ਜਾਂਦਾ, ਇੱਕ ਬੱਚੇ ਨੂੰ ਜਿਹੜਾ ਆ ਉਹ ਵੀਜ਼ਾ ਗ੍ਰਾਂਟ ਨਹੀਂ ਹੁੰਦਾ। ਇਹਦੇ ਵਾਸਤੇ ਤੁਸੀਂ ਕੀ ਕਹੋਗੇ? ਅਸੀਂ ਅੱਜ ਡੇਟ ਵਿੱਚ ਕੱਢੇ ਹਾਂ ਵੀ ਇੱਕ ਤਰ੍ਹਾਂ ਦਾ ਲੱਕ ਵੀਜ਼ਾ ਬਣ ਗਿਆ, ਇਸ ਦਾ ਲੱਕ ਵੀਜ਼ਾ, ਜਿਹਦੀ ਕਿਸਮਤ 'ਚ ਹੈਗਾ ਉਹ ਬਾਹਰ ਜਾ ਰਿਹਾ, ਜਿਹਦੀ ਕਿਸਮਤ 'ਚ ਹੈਗਾ ਉਹ ਨਹੀਂ ਬਾਹਰ ਜਾ ਰਿਹਾ। ਜਿਹਦਾ ਵੀਜ਼ਾ ਲੱਗ ਜਾਂਦਾ ਉਹਦੇ ਲਈ ਆਪਾਂ ਰੱਬ ਆ, ਜਿਹਦਾ ਨਹੀਂ ਵੀਜ਼ਾ ਲੱਗਦਾ ਉਹ ਜਾ ਕੇ ਕਹਿੰਦਾ ਵੀ ਇਹ ਸਭ ਤੋਂ ਮਾੜਾ ਏਜੰਟ ਹੈਗਾ, ਉਹ ਬਦਨਾਮੀ ਕਰਦਾ ਵਾ। ਦੇਖੋ, ਅਲਟੀਮੇਟਲੀ ਅਸੀਂ ਇਹ ਪ੍ਰੋਗਰਾਮ ਕਰਦੇ ਪਏ ਹਾਂ, ਸਾਡਾ ਮਕਸਦ ਹੈ ਕਿ ਤੁਹਾਡੇ ਤੱਕ ਸੱਚ ਪਹੁੰਚਾਇਆ ਜਾਵੇ। ਇਹ ਉਹ ਲੋਕ ਨੇ ਜਿਹੜੇ ਮੇਰੇ ਵਾਂਗੂ ਰੋਜ਼ ਬੱਚਿਆਂ ਨੂੰ ਮਿਲਦੇ ਨੇ, ਹਜ਼ਾਰਾਂ ਹੀ ਵਾਜਾਂ ਲੱਗਦੀਆਂ, ਹਜ਼ਾਰਾਂ ਹੀ ਵੀਜ਼ੇ ਰਿਫਿਊਜ਼ ਵੀ ਹੁੰਦੇ ਆ, ਬਟ ਸਮਝਣ ਦੀ ਲੋੜ ਹੈ ਗੁਨਾਹਗਾਰ ਕੌਣ ਹੈ। ਇਹ ਕਾਰੋਬਾਰ ਬਾਹਰਲੀਆਂ ਸਰਕਾਰਾਂ ਦਾ ਵਾ, ਇਹ ਅੰਬੈਸੀਆਂ ਆਪਣੇ ਮੁਲਕ 'ਚੋਂ ਉੱਠ ਕੇ ਆਈਆਂ, ਇੱਥੇ ਇੱਥੋਂ ਫੀਸਾਂ ਇਕੱਠੀਆਂ ਕਰਦੇ ਨੇ ਲੋਕ, ਸਾਡਾ ਯੂਥ ਜਾਂਦਾ ਵੀ ਹੈ, ਸਾਡੇ ਪੈਸੇ ਵੀ ਜਾਂਦੇ ਨੇ, ਔਰ ਆਪਣੀਆਂ ਮਨ ਮਰਜ਼ੀਆਂ ਦੇ ਨਾਲ ਅੰਬੈਸੀਆਂ ਵੀਜ਼ੇ ਰਿਫਿਊਜ਼ ਕਰਦੀਆਂ ਨੇ। ਜਿੱਦਾਂ ਧਵਨ ਸਾਹਿਬ ਨੇ ਦੱਸਿਆ
ਧਵਨ ਸਾਹਿਬ ਕੋਲ ਦੁਆਰਾ ਚੱਲਦੇ ਹਾਂ। ਧਵਨ ਸਾਹਿਬ ਜਿੰਨੀਆਂ ਵੀ ਤੁਸੀਂ ਆਹ ਦੋ ਤਿੰਨ ਡਾਇਰੈਕਸ਼ਨ ਦੱਸੀਆਂ ਮੈਂ ਨੀ ਕਦੀ ਸੁਣੀਆਂ ਜੀ, ਲੋਕਾਂ ਨੂੰ ਦੱਸੋ ਕਿੰਨਾ ਕਿਤੇ ਕਿਸ ਕਿਸ ਸੈਕਸ਼ਨ ਦੇ ਵਿੱਚ ਵੀਜ਼ਾ ਰਿਫਿਊਜ਼ ਕਰਦੇ ਆ ਜੀ। ਮੇਨ ਤਾਂ ਸੈਕਸ਼ਨ ਵਾਲਾ ਤਾਂ ਮਿਨਿਸਟਰ ਡਾਇਰੈਕਸ਼ਨ 69 ਦੇ ਅੰਡਰ ਜੀ ਟੀ ਇੱਕੋ ਹੀ ਮੇਨ ਇਹਨਾਂ ਕੋਲ ਮੁੱਦਾ ਹੈਗਾ ਰਿਫਿਊਜ਼ ਕਰਨ ਦਾ, ਹੋਰ ਕੋਈ ਮੁੱਦਾ ਹੈ ਨਹੀਂ। ਮੈਨੂੰ 11 ਸਾਲ ਹੋ ਗਏ ਜੀ, ਮੈਨੂੰ ਨਹੀਂ ਪਤਾ ਕਿ ਕਿੱਦਾਂ ਮਿਨਿਸਟਰੀਅਲ ਡਾਇਰੈਕਸ਼ਨ ਦੇ ਵਿੱਚ ਰਿਫਿਊਜ਼ ਹੁੰਦਾ। ਅਸੀਂ ਤਾਂ ਅੱਜ ਤੱਕ ਇਹ ਦੇਖਿਆ ਵੀ ਬਸ ਲਿਖਿਆ ਆ ਜਾਂਦਾ ਕਿ ਆਈ ਪੁੱਟ ਵੇਟ ਔਨ ਦਿਸ ਸਾਈਡ ਤੇ ਆਈ ਫਾਈਂਡ ਕਿ ਯੂ ਆਰ ਨਾਟ ਜੈਨੂਇਨ ਸਟੂਡੈਂਟ। ਦੇਖੋ ਜੀ, ਜੀ ਟੀ ਦੇ 4-5 ਫੈਕਟਰ ਹੈਗੇ ਕਿ ਵੀ ਤੁਹਾਡਾ ਉੱਥੇ ਕੋਈ ਰਿਸ਼ਤੇਦਾਰ ਨਹੀਂ ਹੈ, ਕੋਈ ਤੁਹਾਡਾ ਬਲੱਡ ਰਿਲੇਸ਼ਨ ਉੱਥੇ ਨਹੀਂ ਹੈਗਾ, ਉੱਥੇ ਤੁਸੀਂ ਤੁਹਾਡੇ ਕੋਲ ਫੰਡਸ ਪ੍ਰੋਪਰਲੀ ਹੈਗੇ ਆ, ਤੁਹਾਡੇ ਪੇਰੈਂਟਸ ਤੁਹਾਨੂੰ ਸਪੋਰਟ ਕਰਨ ਜੋਗੇ, ਫਿਰ ਤੁਹਾਡੇ ਸਕੋਰ ਸਹੀ ਹੈਗਾ ਔਰ ਤੁਸੀਂ ਜਿਹੜਾ ਕੋਰਸ 12ਵੀਂ ਦਾ ਕੀਤਾ ਹੈਗਾ ਉਹਦੇ ਬੈਕਗਰਾਊਂਡ ਦੇ ਨਾਲ ਤੁਸੀਂ ਆਪਣਾ ਲੈ ਕੇ ਕੋਰਸ ਆਪਣਾ ਜਾ ਰਹੇ ਹੋ। ਜਿੰਨੀਆਂ ਚੀਜ਼ਾਂ ਤੁਸੀਂ ਕਹਿ ਦਿੱਤੀਆਂ ਏਦਾਂ ਦੇ ਤਾਂ ਬੰਦੇ ਹੀ ਨਹੀਂ ਆਪਣੇ ਕੋਲ ਪੰਜਾਬ, ਇਹੋ ਜਿਹੀ ਚੀਜ਼ਾਂ ਤੇ ਲਗਾਣੀਆਂ ਪੈਣੀਆਂ। ਕਿੱਥੋਂ ਲਿਆਵਾਂਗੇ ਅੱਜ ਫੰਡ ਜੀ, ਕਿਤੇ ਕਿੰਨੇ ਕੁ ਪੈਸੇ ਆ ਲੋਕਾਂ ਕੋਲ, ਭਾਵੇਂ ਲੋਨ ਲਵੋ ਭਾਵੇਂ ਪ੍ਰੋਪਰਟੀਆਂ ਦੇ ਅਗੇਂਸਟ ਆਪਣਾ ਲੋਨ ਲਵੋ, ਉਹ ਦਿਖਾਓ, ਉਹ ਦਿਖਾਣੇ ਬਹੁਤ ਜ਼ਰੂਰੀ ਹੈ। ਫਿਰ ਤਾਂ ਬੰਦ ਹੀ ਕਹਾਂਗੇ ਇਹਨੂੰ, ਹੁਣ ਜੱਟ ਜ਼ਮੀਨਦਾਰ ਬੰਦਾ ਜਿਹਦੇ ਕੋਲ 1.5 ਕਿੱਲਾ ਪੈਲੀ ਉਹ ਕਿੱਦਾਂ ਲਿਆਣਾ ਚ ਭੱਜੂਗਾ ਬਾਹਰ ਜੀ, ਸਾਰਿਆਂ ਦੇ 70-80% ਨੰਬਰ ਹੀ ਨਾ ਆਉਂਦੇ ਜੀ। ਉਹਨਾਂ ਲਈ ਮੁਸ਼ਕਿਲ ਆ ਵੀਜ਼ਾ ਅੱਜ ਦੀ ਜੋ ਡੇਟ ਹਾਲਾਤ ਚੱਲ ਰਹੇ ਆ। ਹਰਪ੍ਰੀਤ ਜੀ ਕੋ ਚੱਲਦੇ ਆ, ਹਰਪ੍ਰੀਤ ਜੀ ਘੱਟ ਨੰਬਰ ਨੇ ਬੱਚੇ ਦੇ, ਹਾਂਜੀ ਬਹੁਤ ਘੱਟ ਨੰਬਰ ਨੇ, 40-45% ਨੰਬਰ ਨੇ, ਪੈਸਾ ਬਹੁਤ ਜ਼ਿਆਦਾ ਵਾ, ਕੀ ਆਸਟ੍ਰੇਲੀਆ ਦਾ ਵੀਜ਼ਾ ਲੱਗ ਜੂਗਾ? ਨਹੀਂ ਕਦੀ ਨਹੀਂ ਲੱਗੇਗਾ, ਆਸਟ੍ਰੇਲੀਆ ਦਾ ਵੀਜ਼ਾ ਜਿਹੜਾ ਹੈਗਾ ਉਹ ਚੰਗੇ ਪ੍ਰੋਫਾਈਲ ਵਾਲੇ ਦਾ ਹੀ ਲੱਗਣਾ, ਜਿਹਦੀ ਪਰਸੈਂਟੇਜ ਚੰਗੀ ਹੈ, ਜਿਹਦੇ ਆਈਲੈਟਸ ਬੈਂਡ ਜਿਹੜੇ ਆ ਬਹੁਤ ਵਧੀਆ। ਜਾਣ ਨੂੰ ਸਾਰਾ ਪੰਜਾਬ ਕਾਲਾ ਜੇ, ਸਾਰਾ ਪੰਜਾਬ ਕਾਲਾ ਜੇ, ਹਰ ਬੰਦਾ ਚਾਹੁੰਦਾ ਮੈਂ ਸਵੇਰੇ ਆਸਟ੍ਰੇਲੀਆ ਪਹੁੰਚ ਜਾਵਾਂ, ਏਜੰਟ ਨੂੰ ਆ ਕੇ ਪੁੱਛਦਾ ਪੈਸੇ ਦੱਸ ਕਿੰਨੇ, ਤੈਨੂੰ ਉਹਨੇ ਪੈਸੇ ਦੇ ਦਿੰਦੇ ਆ, ਤੇ ਲੋਕ ਇਸ ਚੀਜ਼ ਨੂੰ ਸਮਝਣ ਲਈ ਤਿਆਰ ਨਹੀਂ ਕਿ ਪ੍ਰੋਫਾਈਲ 'ਚ ਵਧੀਆ ਚਾਹੀਦੀ। ਇੱਕ ਪ੍ਰੋਫਾਈਲ ਜਿਹੜਾ ਚੰਗੀ ਪ੍ਰੋਫਾਈਲ ਤੁਸੀਂ ਕਿਹਨੂੰ ਮੰਨਦੇ ਹੋ? ਚੰਗੀ ਪ੍ਰੋਫਾਈਲ ਜਿਹੜੀ ਹੈਗੀ ਆ ਉਹਦੇ ਅਕੈਡਮਿਕ ਸਕੋਰ ਵਾਲੇ ਨੂੰ, ਜਿਹਦੇ ਚੰਗੇ ਮਾਰਕਸ ਹੈਗੇ ਆ, ਜਿਹਦੇ ਆਈਲੈਟਸ ਬੈਂਡ ਵਧੀਆ ਆ, ਜਿਹਦਾ ਗੈਪ ਸਟੱਡੀ ਦੇ ਵਿੱਚ ਨਹੀਂ ਹੈਗਾ, ਉਹ ਚੰਗੀ ਪ੍ਰੋਫਾਈਲ ਹੈਗੀ ਆ, ਜਿਹਦੇ ਕੋਲ ਫੰਡਸ ਹੈਗੇ ਆ ਨਾਲ। ਫੰਡ ਜਿਹਦੇ ਕੋਲ ਨਹੀਂ ਫਿਰ ਉਹ ਕਿੱਦਾਂ ਜਾਊਗਾ ਜੀ ਆਸਟ੍ਰੇਲੀਆ? ਉਹ ਕੋਈ ਹੋਰ ਡੈਸਟੀਨੇਸ਼ਨ ਦੇਖਣਾ ਪਏਗਾ ਉਹਨੂੰ। ਇਹਦੇ ਵਾਸਤੇ ਜਿਹੜੇ ਫੰਡਸ ਵੀ ਜ਼ਰੂਰੀ ਆ, ਇਹਦੇ ਵਾਸਤੇ ਇਨਕਮ ਵੀ ਜ਼ਰੂਰੀ ਆ, 10 ਲੱਖ ਜਿਵੇਂ ਧਵਨ ਜੀ ਨੇ ਦੱਸਿਆ, ਜਿਹੜੀ ਸਾਲਾਨਾ ਇਨਕਮ ਤੁਹਾਡੀ 10 ਲੱਖ ਹੋਣੀ ਚਾਹੀਦੀ ਹੈ। ਅਤੇ ਫੰਡ ਕਿੰਨੇ ਚਾਹੀਦੇ ਨੇ ਜੀ? ਫੰਡ ਜਿਹੜੇ ਹੈਗੇ ਆ 1 ਸਾਲ ਦੀ ਜਿਹੜੀ ਆ ਉਹ ਪੂਰੀ ਫੀਸ ਪਲੱਸ 1 ਸਾਲ ਦੇ ਲਿਵਿੰਗ ਐਕਸਪੈਂਡੀਚਰ, ਆਉਣ ਜਾਣ ਦੀ ਰਿਟਰਨ ਟਿਕਟ ਪਲੱਸ ਕਰਕੇ ਜਿਹੜੇ ਟੋਟਲ ਫੰਡਸ। ਤੇ ਲਓ ਜੀ ਗੱਲ ਮੁੱਕਦੀ ਜੇ ਕਿ ਆਸਟ੍ਰੇਲੀਆ ਖੁੱਲ ਗਿਆ ਜੇ, ਇਹ ਖੁੱਲਿਆ ਉਹਦੇ ਲਈ ਜੇ, ਹੁਣ ਕਿਉਂ ਤਾਂ ਬਚਾ ਇਹ ਉਹਦੇ ਲਈ ਖੁੱਲਿਆ ਜੇ ਜਿਹਦੇ ਕੋਲ 10 ਲੱਖ ਰੁਪਈਆ ਜਿਹਦੇ ਮਾਂ ਬਾਪ ਦੀ ਆਮਦਨ ਜੇ, ਹੁਣ 10 ਲੱਖ ਰੁਪਈਆ ਆਮਦਨ ਜਿਹਦੀ ਬਣਾਉਣੀ ਹੈ ਤੇ ਉਹਦੇ ਤੇ ਪਹਿਲਾਂ 35% ਟੈਕਸ ਜਮ੍ਹਾਂ ਕਰਾਉਣਾ ਪੈਣਾ, ਤੇ ਜੇਕਰ 3.5 ਲੱਖ ਰੁਪਈਆ ਤੁਸੀਂ ਟੈਕਸ ਦਿੱਤਾ ਹੋਇਆ ਤੁਹਾਡੇ ਮਾਂ ਬਾਪ ਨੇ, ਤਾਂ ਤੁਸੀਂ ਆਸਟ੍ਰੇਲੀਆ ਲਈ ਐਲੀਜੀਬਲ ਜੇ। ਤੇ ਖੁੱਲ ਗਿਆ ਜੇ ਉਹਨਾਂ ਲਈ ਜਿਹਨਾਂ ਦੇ ਮਾਂ ਬਾਪ ਦੀ ਇਨਕਮ ਟੈਕਸ ਦੀ ਰਿਟਰਨ 10 ਲੱਖ ਰੁਪਏ ਦੀ ਜੇ, ਤੇ ਜਿਹਨਾਂ ਦੇ ਕੋਲ 18-20 ਲੱਖ ਰੁਪਈਆ ਬੈਂਕ 'ਚ ਪਿਆ ਜੇ ਵਾਈਟ ਦਾ, ਤੇ ਉਹਨਾਂ ਲਈ ਵੀ ਆਸਟ੍ਰੇਲੀਆ ਖੁੱਲ ਗਿਆ ਜੇ। ਤੇ ਹਰਪ੍ਰੀਤ ਜੀ ਨੇ ਜਿੱਦਾਂ ਐਡ ਕੀਤਾ ਕਿ ਨੰਬਰ ਵੀ ਬਹੁਤ ਵਧੀਆ ਹੋਣੇ ਚਾਹੀਦੇ ਜੇ, ਤੇ ਜੇ ਨੰਬਰ ਬਹੁਤ ਵਧੀਆ ਹੈਗੇ, ਤੁਹਾਡੇ ਬੈਂਡ ਬਹੁਤ ਵਧੀਆ ਹੈਗੇ ਆ, ਤੇ ਜ਼ਰੂਰ ਤੁਸੀਂ ਧਵਨ ਸਾਹਿਬ ਨੂੰ ਮਿਲ ਲਿਓ, ਹਰਪ੍ਰੀਤ ਜੀ ਨੂੰ ਮਿਲ ਲਿਓ। ਹਾਂ ਘੱਟ ਨੰਬਰ ਹੈਗੇ ਮੇਰੇ ਕੋਲ, ਆ ਜਾਓ, ਮੈਂ ਕੈਨੇਡਾ ਜ਼ਰੂਰ ਭੇਜ ਦਿੰਦਾ। ਤੇ ਧਵਨ ਸਾਹਿਬ ਜਾਂਦੇ ਜਾਂਦੇ ਲੋਕਾਂ ਨੂੰ ਥੋੜ੍ਹਾ ਜਿਹਾ ਆਪਣੇ ਬਾਰੇ ਦੱਸੋ ਕਿ ਕੀ ਰੁਟੀਨ ਆ, ਤੁਸੀਂ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਲੋਕਾਂ ਨੂੰ ਮਿਲ ਸਕਦੇ ਹੋ? ਕਿ ਮੇਰੇ ਤਾਂ ਵੱਸਦਾ ਨਹੀਂ ਜੀ, ਆਪਣੇ ਹੋ ਗਏ ਹੱਥ ਖੜੇ, ਤੇ ਤੁਸੀਂ ਬਾਬਾ ਬੋਰ ਦੀ ਸੰਪਾਦੀ ਜੇ, ਲੋਕਾਂ ਨੂੰ ਇੰਨਾ ਕੁ ਦੱਸ ਦਿਓ ਕਿ ਜੇ ਤੁਹਾਡੀ ਕੋਈ ਸੇਵਾ ਲੈਣੀ ਹੋਈ ਕਿੱਦਾਂ ਲਵੇ ਜੀ? ਜ਼ਰੂਰ ਆ ਸਕਦੇ ਅੰਮ੍ਰਿਤਸਰ, ਮੇਰਾ ਧਵਨ ਐਜੂਕੇਸ਼ਨ ਕੰਸਲਟੈਂਸੀ ਨਾਮ ਦਾ ਦਫ਼ਤਰ ਆ, ਗਾਂਧੀ ਗਰਾਊਂਡ ਸਟੇਡੀਅਮ ਟੇਲਰ ਰੋਡ ਦੇ ਉੱਤੇ ਆਪਣਾ ਆਫਿਸ ਹੈ। ਪਿਛਲੇ 25 ਸਾਲਾਂ ਤੋਂ ਮੈਂ ਇੱਥੋਂ ਹੀ ਓਪਰੇਟ ਕਰ ਰਿਹਾ, ਅਤੇ ਅਗਰ ਕੋਈ ਪ੍ਰੋਫਾਈਲ ਸਹੀ ਹੋਏਗੀ ਤਦ ਹੀ ਅੱਗੇ ਚੱਲਾਂਗੇ, ਨਹੀਂ ਤਾਂ ਸਤਿ ਸ਼੍ਰੀ ਅਕਾਲ ਬੁਲਾ ਲਾਂਗੇ ਉੱਥੇ। ਧੰਨਵਾਦ ਤੁਹਾਡਾ ਵੀ। ਹੁਣ ਹਰਪ੍ਰੀਤ ਜੀ ਕੋਲ ਚੱਲਦੇ ਹਾਂ। ਹਰਪ੍ਰੀਤ ਜੀ, ਤੁਸੀਂ ਬੜੀ ਵਧੀਆ ਆਪਸ਼ਨ ਦਿੱਤੀ ਕਿ ਜਿਹਨਾਂ ਦੇ ਆਸਟ੍ਰੇਲੀਆ ਦੇ ਨਹੀਂ ਲੱਗ ਸਕਦੇ ਉਹ ਹੋਰ ਕੋਈ ਕੰਟਰੀ ਫੜ ਲੈਣ, ਤੇ ਹੋਰ ਕਿਹੜੀ ਕੰਟਰੀ ਭੇਜੋਗੇ ਹੁਣ ਤੁਸੀਂ? ਦੇਖੋ, ਜਿਨ੍ਹਾਂ ਦੇ ਆਈਲੈਟਸ ਬੈਂਡ 6 ਨਹੀਂ ਆ ਰਹੇ ਉਹ ਨਿਊਜ਼ੀਲੈਂਡ ਜਾ ਸਕਦੇ ਆ, ਨਿਊਜ਼ੀਲੈਂਡ ਵਿੱਚ 5 ਬੈਂਡ 5.5 ਬੈਂਡਸ ਉਹਨਾਂ ਜਾ ਸਕਦਾ, ਪਲੱਸ ਉਹਦੇ ਵਿੱਚ ਜਿਹੜੇ ਆ ਮਾਰਕਸ ਵੀ ਕੋਈ ਜ਼ਿਆਦਾ ਨਹੀਂ ਚਾਹੀਦੇ,
50% ਮਾਰਕਸ ਵਾਲਾ ਜਿਹੜਾ ਬੰਦਾ ਆ ਉਹ ਸੈਲੈਕਟ ਕੀਤਾ ਜਾ। ਦੇਖੋ ਇਹ ਹਰਪ੍ਰੀਤ ਸਿੰਘ ਜੀ ਨੇ ਜੀ ਜਿਨ੍ਹਾਂ ਨੇ ਮੈਨੂੰ ਕੰਮ ਕਰਨਾ ਸਿਖਾਇਆ ਸੀ ਨਿਊਜ਼ੀਲੈਂਡ ਦਾ ਤੇ ਮੇਰੇ ਉਸਤਾਦ ਸੀਗੇ ਤੇ ਅੰਮ੍ਰਿਤਸਰ ਦੇ ਵਿੱਚ ਇਹਨਾਂ ਦਾ ਦਫ਼ਤਰ ਆ ਤੇ ਜ਼ਰੂਰ ਇਹਨਾਂ ਕੋਲ ਜਾਇਓ ਐਜ ਏ ਆਲਟਰਨੇਟਿਵ ਚੱਲ ਜਾਇਓ ਕਿਉਂਕਿ ਧਵਨ ਸਾਹਿਬ ਸਾਡੇ ਵਿੱਚ ਬੈਠੇ ਆ ਤੇ ਧਵਨ ਸਾਹਿਬ ਸਾਡੇ ਸੀਨੀਅਰ ਨੇ ਤੇ ਜਿੰਨੀ ਕੁ ਜਾਣਕਾਰੀ ਅੱਜ ਧਵਨ ਸਾਹਿਬ ਦੇ ਕੋਲ ਹੈ ਮੈਨੂੰ ਨਹੀਂ ਲੱਗਦਾ ਕਿ ਪੂਰੇ ਹਿੰਦੁਸਤਾਨ 'ਚ ਤੁਹਾਨੂੰ ਕੋਈ ਇੱਦਾਂ ਦਾ ਇਮਾਨਦਾਰ ਬੰਦਾ ਲੱਭ ਸਕਦਾ। ਧਵਨ ਸਾਹਿਬ ਦੀ ਗਰੰਟੀ ਮੇਰੇ ਕੋਲ ਲਿਖਾ ਲਿਓ। ਹਰਪ੍ਰੀਤ ਮੇਰਾ ਵੀਰ ਜਦੋਂ ਦੇ ਮੇਰੀ ਰਿਲੇਸ਼ਨਸ਼ਿਪ ਹੈ ਮੈਂ ਅੱਜ ਤੱਕ 1% ਨਹੀਂ ਹਰਪ੍ਰੀਤ ਬਾਰੇ ਸੁਣਿਆ ਕਿ ਹਰਪ੍ਰੀਤ ਨੇ ਕਿਸੇ ਕੋਲੋਂ ਪੈਸੇ ਲਏ ਹੋਣ ਅਤੇ ਹਰਪ੍ਰੀਤ ਨੇ ਕਿਸੇ ਦਾ ਕੰਮ ਨਾ ਕਰਾਇਆ ਹੋਵੇ। ਇਹ ਦੋ ਇਮਾਨਦਾਰ ਬੰਦੇ ਸਾਡੇ ਨਾਲ ਜੁੜੇ ਜੇ ਇਸੇ ਤਰੀਕੇ ਨਾਲ ਇੱਕ ਏਜੰਟਾਂ ਦੀ ਸੱਥ ਪ੍ਰੋਗਰਾਮ ਅਸੀਂ ਜਲਦੀ ਸ਼ੁਰੂ ਕਰਾਂਗੇ ਤਾਂ ਕਿ ਤੁਹਾਨੂੰ ਐਜੂਕੇਟ ਕਰ ਪਾਈਏ। ਮੇਰਾ ਕੰਮ ਤੁਹਾਨੂੰ ਪਤਾ ਕੀ, ਮੈਂ ਤਾਂ ਨੋਨ ਪ੍ਰੋਫਾਈਲ ਕਹਿ ਲਓ ਜਿਹੜੇ ਲੋਕਾਂ ਦੇ ਵੀਜ਼ੇ ਰਿਫਿਊਜ਼ ਹੈ ਅਸੀਂ ਉਹਨਾਂ ਨਾਲ ਬਲਕ ਦੇ ਵਿੱਚ ਅਪਲਾਈ ਕਰਦੇ ਹਾਂ, ਕਈਆਂ ਦੇ ਲੱਗ ਜਾਂਦੇ ਕਈਆਂ ਦੇ ਨਹੀਂ ਲੱਗਦੇ। ਮੈਨੂੰ ਮਿਲਣਾ ਤਾਂ ਮੇਰੇ ਕੋਲ ਤੁਸੀਂ ਆ ਹੀ ਸਕਦੇ ਜੇ, ਅਦਰਵਾਈਜ਼ ਮੇਰੇ ਦੋ ਵੀਰ ਭਰਾ ਜਿਨ੍ਹਾਂ ਦੇ ਨਾਲ ਤੁਸੀਂ ਮਿਲ ਕੇ ਆਪਣੀ ਜ਼ਿੰਦਗੀ ਸਖਾਲੀ ਕਰ ਸਕਦੇ। ਧੰਨਵਾਦ ਤੁਹਾਡਾ ਸਾਰਿਆਂ ਦਾ।